ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਗਟ ਸਿੰਘ ਭੁੱਲਰ। ਆਹ ਜਿਹੜਾ ਮੈਂ ਤੁਹਾਨੂੰ ਬੂਟਾ ਦਿਖਾ ਰਿਹਾ, ਇਹਨੂੰ ਆਪਾਂ ਆਮ ਹੀ ਜਾਣਦੇ ਹਾਂ ਜੀ। ਇਹਦਾ ਨਾਮ ਹੈਗਾ ਕਨੇਰ। ਇਹਨੂੰ ਵੈਸੇ ਓਲੀਐਂਡਰ ਬੂਟਾ ਬੋਲਦੇ ਆ। ਓਲੀਐਂਡਰ ਡੌਗ ਬੇਨ ਜਾਤੀ ਨਾਲ ਸੰਬੰਧ ਰੱਖਦਾ ਹੈ ਬੂਟਾ। ਤੁਸੀਂ ਸੋਚ ਰਹੇ ਹੋਵੋਗੇ ਕਿ ਮੇਰਾ ਮਕਸਦ ਕੀ ਹੈ ਇਸ ਬੂਟੇ ਨੂੰ ਦਿਖਾਉਣਾ ਜਾਂ ਇਸ ਬੂਟੇ ਬਾਰੇ ਜਾਣਕਾਰੀ ਦੇਣਾ। ਇਹ ਆਮ ਤੌਰ 'ਤੇ ਜਿਹੜਾ ਬੂਟਾ ਹੈ, ਸਰਕਾਰੀ ਸੜਕਾਂ 'ਤੇ, ਸਰਕਾਰੀ ਸਕੂਲਾਂ 'ਚ ਜਾਂ ਸਰਕਾਰੀ ਇਮਾਰਤਾਂ ਦੇ ਵਿੱਚ ਬਹੁਤ ਦੇਖਣ ਨੂੰ ਮਿਲਦਾ ਹੈ। ਅਤੇ ਜਦੋਂ ਮੈਂ ਇਸ ਬੂਟੇ ਬਾਰੇ ਖੋਜਬੀਨ ਸ਼ੁਰੂ ਕੀਤੀ ਨਾ, ਤਾਂ ਮੈਂ ਬਹੁਤ ਜ਼ਿਆਦਾ ਹੈਰਾਨ ਹੋਇਆ ਇਸ ਬੂਟੇ ਬਾਰੇ ਜਾਣਨ ਤੋਂ ਬਾਅਦ। ਅਤੇ ਮੈਨੂੰ ਇੱਕ ਬਹੁਤ ਜ਼ਿਆਦਾ ਵਿਸ਼ੀਲਾ ਬੂਟਾ ਮੈਨੂੰ ਪਤਾ ਲੱਗਾ ਵੀ ਇਹ ਦੁਨੀਆ ਦੇ ਉਹਨਾਂ 10 ਬੂਟਿਆਂ ਵਿੱਚ ਆਉਂਦਾ ਜਿਹੜੇ ਬਹੁਤ ਜ਼ਿਆਦਾ ਜ਼ਹਿਰੀਲੇ ਮੰਨੇ ਜਾਂਦੇ ਨੇ। ਤਾਂ ਮੈਂ ਫਿਰ ਇਹਨੂੰ ਇੱਕ ਟਾਈਟਲ ਦਿੱਤਾ ਜੀ, ਸਰਕਾਰੀ ਬੂਟਾ ਵੰਡ ਰਿਹਾ ਹੈ ਪੰਜਾਬ ਦੀ ਮਿੱਟੀ ਵਿੱਚ ਲਗਾਤਾਰ ਜ਼ਹਿਰ। ਹੁਣ ਇਹ ਕੋਈ ਸ਼ੱਕ ਸ਼ੋਭੇ ਵਾਲੀ ਗੱਲ ਨਹੀਂ, ਮੈਂ ਪੂਰੀ ਤਰ੍ਹਾਂ ਇਹਦੇ ਨਾਲ ਇਹਦੇ ਉੱਤੇ ਸਟੱਡੀ ਕੀਤੀ ਹੈ, ਇਹਦੇ ਬਾਰੇ ਪੜ੍ਹਿਆ ਆ। ਇਹ ਉਹਨਾਂ ਦੁਨੀਆ ਦੇ 10 ਬੂਟਿਆਂ ਵਿੱਚ ਹੈ ਜਿਹੜੇ ਸਭ ਤੋਂ ਜ਼ਿਆਦਾ ਜ਼ਹਿਰੀਲੇ ਮੰਨੇ ਜਾਂਦੇ ਆ, ਜਾਂ ਜਿਨ੍ਹਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਜਿਨ੍ਹਾਂ ਨੂੰ ਖਾਣ ਤੋਂ ਬਾਅਦ, ਜਿਨ੍ਹਾਂ ਦੇ ਮੌਜੂਦ ਕਿਸੇ ਵੀ ਤਰ੍ਹਾਂ ਦੇ ਕੋਈ ਵੀ ਤੱਤ ਨੂੰ ਨਿਗਲਣ ਤੋਂ ਬਾਅਦ ਬੰਦੇ ਨੂੰ ਜ਼ਹਿਰ ਦਾ ਅਸਰ ਹੁੰਦਾ। ਇਹਦੇ ਵਿੱਚ ਪਾਏ ਜਾਣ ਵਾਲੇ ਜ਼ਹਿਰ ਕਾਰਡੀਅਕ, ਗੈਲਸੋਸਾਈਡ, ਸੈਪਨੋਸਿਸ, ਡਿਜੀਟੋਕਸੀਜਨ, ਓਲੀਐਂਡਰਿਨ, ਓਲੀਐਂਡਰੋਸਾਈਡ, ਨਾਇਰੋਸਾਈਡ, ਅਤੇ ਇਸ ਤੋਂ ਬਿਨਾਂ ਇੱਕ ਕਈ ਐਸੇ ਜ਼ਹਿਰ ਨੇ ਜਿਨ੍ਹਾਂ ਬਾਰੇ ਅਜੇ ਤੱਕ ਪੂਰਾ ਪਤਾ ਹੀ ਨਹੀਂ ਲੱਗ ਸਕਿਆ ਇਹਦੇ ਵਿੱਚ ਕਿਹੜੇ ਕਿਹੜੇ ਜ਼ਹਿਰ ਨੇ। ਇਹ ਬੂਟਾ ਆਮ ਤੌਰ 'ਤੇ ਅਸੀਂ ਇਹਦੇ ਫੁੱਲਾਂ ਨੂੰ ਦੇਖ ਕੇ ਬਹੁਤ ਜ਼ਿਆਦਾ ਸੋਹਣਾ ਦੇਖ ਕੇ ਇਹਨੂੰ ਘਰ ਵਿੱਚ ਲਾ ਰਹੇ ਹਾਂ, ਪਰ ਦੋਸਤੋ ਇਹਦਾ ਸੁੱਕਾ ਹੋਇਆ ਪੱਤਾ ਵੀ ਜ਼ਹਿਰੀਲਾ ਹੈ, ਇਹਦਾ ਹਰਾ ਪੱਤਾ ਵੀ ਜ਼ਹਿਰੀਲਾ, ਇਹਦੀ ਟਾਈਨੀ ਵੀ ਜ਼ਹਿਰੀਲੀ, ਇਹਦਾ ਫੁੱਲ ਵੀ ਜ਼ਹਿਰੀਲਾ ਹੈ। ਮੈਨੂੰ ਸਮਝ ਨਹੀਂ ਆਉਂਦੀ ਕਿਸ ਮਕਸਦ ਦੇ ਨਾਲ ਇਹ ਬੂਟਾ ਇੰਨਾ ਜ਼ਿਆਦਾ ਸੜਕਾਂ 'ਤੇ, ਸਰਕਾਰੀ ਇਮਾਰਤਾਂ 'ਚ, ਸਕੂਲਾਂ 'ਚ ਵਰਤਿਆ ਗਿਆ। ਸਭ ਤੋਂ ਪਹਿਲਾਂ ਤਾਂ ਮੈਂ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਜਿੰਨੇ ਵੀ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਬੂਟੇ ਬਾਰੇ ਸਟੱਡੀ ਕਰਨ ਤੋਂ ਬਾਅਦ ਇਹਦਾ ਜ਼ਰੂਰ ਕੁਛ ਨਾ ਕੁਛ ਹੱਲ ਕੀਤਾ ਜਾਵੇ। ਕੁਝ ਲੋਕ ਮੰਨਦੇ ਨੇ ਕਿ ਜੀ ਇਹ ਤੋਂ ਦਵਾਈ ਬਣਦੀ ਹੈ, ਤਾਂ ਦਵਾਈ ਤਾਂ ਸੱਪ ਦੇ ਜ਼ਹਿਰ ਤੋਂ ਵੀ ਬਣਦੀ ਹੈ, ਪਰ ਮੈਂ ਨਹੀਂ ਮੰਨਦਾ ਵੀ ਕੋਈ ਸਿਆਣਾ ਮਨੁੱਖ ਸੱਪ ਨੂੰ ਆਪਣੇ ਘਰੇ ਪਾਲਣਾ ਚਾਹੇਗਾ। ਸਿਰਫ ਇਹਦੇ ਸੋਹਣੇ ਫੁੱਲ ਦੇਖ ਕੇ, ਸੋਹਣੀਆਂ ਪੱਤੀਆਂ ਦੇਖ ਕੇ ਆਪਾਂ ਇਹਨੂੰ ਪਾਲ ਨਹੀਂ ਸਕਦੇ। ਇਹਦੇ ਤੋਂ ਹੋਣ ਵਾਲੀਆਂ ਬਿਮਾਰੀਆਂ ਬੜੀਆਂ ਭਿਆਨਕ ਨੇ, ਚਮੜੀ ਦੀਆਂ ਬਿਮਾਰੀਆਂ, ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਡਾਇਰੀਆ, ਨਰਸਿਸ, ਪੇਟ ਦਰਦ, ਉਲਟੀਆਂ, ਦਿਲ ਦੀਆਂ ਬਿਮਾਰੀਆਂ। ਜੇ ਮੈਡੀਸਨ ਦੇ ਤੌਰ 'ਤੇ ਯੂਜ਼ ਹੁੰਦਾ ਤਾਂ ਇਹਦਾ ਕੋਈ ਤਰੀਕਾ ਇਸ ਤਰ੍ਹਾਂ ਲਾਉਣ ਦਾ, ਇਹਨੂੰ ਇਸ ਤਰ੍ਹਾਂ ਨਹੀਂ ਕਿ ਤੁਸੀਂ ਖੁੱਲ੍ਹੇ ਥਾਵਾਂ 'ਤੇ, ਉੱਥੇ ਥਾਂ ਉਸ ਅਜਿਹੀਆਂ ਥਾਵਾਂ 'ਤੇ ਇਹਨੂੰ ਲਾ ਦਿਉ ਜਿੱਥੇ ਜਨਤਾ ਆਮ ਵਿਚਰਦੀ ਰਹਿੰਦੀ ਆ। ਘਰਾਂ ਦੇ ਵਿੱਚ ਵੇਖਿਆ ਕਿ ਛੋਟੇ ਛੋਟੇ ਬੱਤੇ ਦੇ ਬੱਚੇ ਆ ਨਾ ਜਿਹੜੇ, ਉਹਦੇ ਫੁੱਲਾਂ ਨੂੰ ਤੋੜ ਕੇ, ਪੱਤਿਆਂ ਨੂੰ ਤੋੜ ਕੇ ਮਸਲ ਦੇ ਹੱਥਾਂ ਵਿੱਚ। ਬਹੁਤ ਜ਼ਿਆਦਾ ਵਿਸ਼ੀਲਾ ਬੂਟਾ ਹੈ ਜੀ, ਮੈਂ ਦੁਬਾਰਾ ਇਹਦਾ ਨਾਮ ਦੱਸਦਾ, ਕਨੇਰ ਜਾਂ ਓਲੀਐਂਡਰ। ਤੁਸੀਂ ਜ਼ਰੂਰ ਇਹਦੇ ਬਾਰੇ ਸਟੱਡੀ ਕਰੋ, ਜ਼ਰੂਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਗਰੂਕ ਕਰਿਓ ਉਹਨਾਂ ਸਕੂਲਾਂ ਨੂੰ, ਉਹਨਾਂ ਸਰਕਾਰੀ ਥਾਵਾਂ ਨੂੰ। ਸੜਕਾਂ 'ਤੇ ਬਹੁਤ ਜ਼ਿਆਦਾ ਲੱਗਾ ਹੈ, ਇਹ ਸੇਮ ਕਾਂਗਰਸੀ ਘਾਹ ਦੀ ਤਰ੍ਹਾਂ ਹੀ ਆਈ ਹੈ। ਵੀ ਮੇਰੀ ਇੱਕ ਵੀਡੀਓ ਹੋਰ ਆਊਗੀ ਕਾਂਗਰਸੀ ਘਾਹ ਦੇ ਉੱਤੇ, ਕਿਸ ਤਰ੍ਹਾਂ ਉਹ ਸਾਨੂੰ ਨੁਕਸਾਨ ਪਹੁੰਚਾ ਰਿਹਾ। ਜੇ ਤੁਸੀਂ ਇਹਦਾ ਪੱਤਾ ਖਾ ਲੈਂਦੇ ਹੋ ਜਾਂ ਇਹਦਾ ਰਸ ਤੁਹਾਡੀ ਚਮੜੀ 'ਤੇ ਲੱਗ ਜਾਂਦਾ, ਉਹ ਵੀ ਤੁਹਾਨੂੰ ਨੁਕਸਾਨ ਕਰਦਾ। ਇਹਦਾ ਫੁੱਲ ਖਾ ਲੈਂਦੇ ਉਹ ਵੀ ਨੁਕਸਾਨ ਕਰਦਾ। ਜੇ ਇਹਦੇ ਸੁੱਕੇ ਪੱਤੇ ਕਿਸੇ ਤਰੀਕੇ ਨਾਲ ਨਿਗਲੇ ਜਾਂਦੇ ਨੇ ਕਿਸੇ ਬੰਦੇ ਦੁਆਰਾ, ਉਹ ਵੀ ਨੁਕਸਾਨ ਕਰਦੇ ਨੇ। ਸੋ ਪਲੀਜ਼ ਇਸ ਬੂਟੇ ਤੋਂ ਮੈਕਸੀਮਮ ਬਚਾ ਕਰੋ ਆਪਦਾ, ਜਿੱਥੇ ਕਿਤੇ ਵੀ ਲੱਗਾ ਇਹਨੂੰ ਅਹਤਿਆਤਨ ਰਿਮੂਵ ਕਰੋ। ਬਹੁਤ ਹੀ ਜ਼ਿਆਦਾ ਜ਼ਹਿਰੀਲਾ ਬੂਟਾ ਮੰਨਿਆ ਗਿਆ ਜੀ ਪੂਰੀ ਦੁਨੀਆ ਦੇ ਵਿੱਚ। ਤਕਰੀਬਨ ਇਹਦੀਆਂ 10 ਪ੍ਰਜਾਤੀਆਂ ਨੇ, ਜਿਨ੍ਹਾਂ 'ਚੋਂ 3 ਇੰਡੀਆ ਦੇ ਵਿੱਚ ਪਾਈਆਂ ਜਾਂਦੀਆਂ ਨੇ। ਅਤੇ ਬਾਕੀ ਲੋਕਾਂ ਨੂੰ ਵੀ ਜਾਗਰੂਕ ਕਰੋ ਜਿਹੜਾ ਸਿਰਫ ਇਹਦੇ ਫੁੱਲਾਂ ਨੂੰ ਸੋਹਣਾ ਦੇਖ ਕੇ ਆਪਣੇ ਘਰਾਂ ਦੇ ਵਿੱਚ ਲਾਉਣ ਦੀ ਪਲੈਨਿੰਗ ਕਰ ਰਹੇ ਨੇ। ਸੋ ਪਲੀਜ਼ ਇਸ ਵੀਡੀਓ ਨੂੰ ਮੈਕਸੀਮਮ ਸ਼ੇਅਰ ਕਰਨਾ ਲੋਕਾਂ ਤੱਕ, ਤਾਂ ਕਿ ਲੋਕਾਂ ਨੂੰ ਵੀ ਇਸ ਬੂਟੇ ਦੇ ਖਤਰਨਾਕ ਸੁਭਾਅ ਬਾਰੇ ਜਾਣਕਾਰੀ ਮਿਲ ਸਕੇ। ਥੈਂਕ ਯੂ।